ਇਹ ਤਸਵੀਰਾਂ ਸੰਗਰੂਰ ਦੇ ਧੂਰੀ ਸ਼ਹਿਰ 'ਚ ਰਹਿੰਦੇ ਜਗਦੀਸ਼ ਰਾਏ ਦੇ ਪਰਿਵਾਰ ਦੀਆਂ ਨੇ। ਜਗਦੀਸ਼ ਰਾਏ ਦੇ ਨਾਲ ਬੈਠੀ ਉਹਨਾਂ ਦੀ ਪਤਨੀ ਆਪਣੇ ਨਾਲ ਹੋਈ ਤੇ ਹੰਝੂ ਬਹਾ ਰਹੀ ਹੈ। ਅਸਲ 'ਚ ਇਸ ਪਰਿਵਾਰ 'ਤੇ ਉਸ ਵੇਲੇ ਦੁੱਖ ਦਾ ਪਹਾੜ ਟੁੱਟ ਗਿਆ ਜਦੋਂ ਇਹਨਾਂ ਦਾ ਬੇਟਾ ਅਨਮੋਲ ਇਹ ਕਹਿ ਕੇ ਘਰੋਂ ਚਲਾ ਗਿਆ ਕਿ ਉਸ ਨੂੰ ਮਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਅਸਲ 'ਚ ਇਸ ਪਰਿਵਾਰ ਨੇ ਨਾਭਾ ਦੀ ਰਹਿਣ ਵਾਲੀ ਅਤੇ ਆਸਟ੍ਰੇਲੀਆ ਸੈਟਲਡ ਜੈਸਿਕਾ ਨਾਲ ਆਪਣੇ ਮੁੰਡੇ ਦਾ ਅਨਮੋਲ ਦਾ ਵਿਆਹ ਕੀਤਾ ਸੀ। ਵਿਆਹ ਤੋਂ ਪਹਿਲਾਂ ਪਰਿਵਾਰ ਮੁਤਾਬਕ ਕੁੜੀ ਨੇ ਅਨਮੋਲ ਨੂੰ ਆਸਟ੍ਰੇਲੀਆ ਲੈ ਕੇ ਜਾਣਾ ਸੀ। ਵਿਆਹ ਦੇ ਨਾਲ ਨਾਲ ਇਹ ਸੌਦਾ 15 ਲੱਖ ਰੁਪਏ 'ਚ ਤੈਅ ਹੋਇਆ। ਲੰਘੇ ਮਹੀਨੇ 'ਚ ਅਨਮੋਲ ਅਤੇ ਜੈਸਿਕਾ ਦਾ ਵਿਆਹ ਬੜੇ ਹੀ ਧੂਮਧਾਮ ਨਾਲ ਹੋਇਆ। ਵਿਆਹ ਉਪਰੰਤ ਜੈਸਿਕਾ 40 ਦਿਨ ਸਹੁਰੇ ਪਰਿਵਾਰ 'ਚ ਰਹੀ ਅਤੇ ਵਿਆਹ ਤੋਂ ਬਾਅਦ ਕੁੜੀ ਵਾਲਿਆਂ ਨੂੰ 15 ਲੱਖ ਦੇ ਗਹਿਣੇ ਮੁੰਡੇ ਵਾਲਿਆਂ ਨੇ ਹੋਈ ਜ਼ੁਬਾਨ ਮੁਤਾਬਕ ਦੇ ਦਿੱਤੇ। ਜਿਸ ਤੋਂ ਬਾਅਦ ਜੂਨ ਮਹੀਨੇ 'ਚ ਜੈਸਿਕਾ ਆਸਟ੍ਰੇਲੀਆ ਚਲੀ ਗਈ, ਪਰ ਉਸਦੇ ਆਸਟ੍ਰੇਲੀਆ ਜਾਣ ਦੀ ਦੇਰ ਸੀ ਕਿ ਜੈਸਿਕਾ ਨੇ ਆਸਟ੍ਰੇਲੀਆ ਵਾਲਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਅਤੇ ਭਾਰਤ 'ਚ ਹੋਏ ਵਿਆਹ ਤੋਂ ਸਾਫ਼ ਮਨਾ ਕਰ ਦਿੱਤਾ। ਪਰਿਵਾਰ ਮੁਤਾਬਕ ਜਿਸ ਤੋਂ ਬਾਅਦ ਕੁੜੀ ਵਾਲੇ ਮੁੰਡੇ ਨੂੰ ਫੋਨ 'ਤੇ ਧਮਕੀਆਂ ਦੇਣ ਲੱਗੇ ਅਤੇ ਤਨਾਅ 'ਚ ਆ ਕੇ ਉਹਨਾਂ ਦਾ ਬੇਟਾ ਘਰੇ ਮਰਨ ਦਾ ਸੁਨੇਹਾ ਲਾ ਕੇ ਚਲਾ ਗਿਆ। ਉਹ ਬੱਚਾ ਸਾਡਾ ਬਹੁਤ ਜ਼ਿਆਦਾ ਡਿਪਰੈਸ਼ਨ 'ਚ ਸੀ ਅਤੇ 16 ਜੁਲਾਈ ਨੂੰ ਘਰੋਂ ਚਲਾ ਗਿਆ। ਹਾਲੇ ਤੱਕ ਉਹ ਘਰੇ ਨਹੀਂ ਆਇਆ, ਉਸਦੀ ਕੋਈ ਖੋਜ ਖਬਰ ਨਹੀਂ ਹੈ। ਪੁਲਿਸ ਨੂੰ ਅਸੀਂ ਜਾ ਕੇ ਥੱਕ ਗਏ, ਪੁਲਿਸ ਸਾਡੀ ਕੋਈ ਉਹਨਾਂ ਦੀ ਉਹ ਨਹੀਂ ਕਰ ਰਹੀ ਹੈਗੀ, ਤਫਤੀਸ਼ ਨਹੀਂ ਕਰ ਰਹੀ, ਭੂਆ ਅਤੇ ਫੁੱਫੜ ਨੂੰ ਅਰੈਸਟ ਨਹੀਂ ਕਰ ਰਹੀ ਹੈਗੀ। ਸਾਡਾ ਬੱਚਾ ਵੀ ਗਿਆ, ਸਾਡਾ ਪਰਿਵਾਰ ਸਾਰਾ ਖੇਰੂ ਖੇਰੂ ਹੋ ਗਿਆ, ਸਾਡਾ ਪੈਸਾ ਵੀ ਗਿਆ, ਸਾਡਾ ਬੱਚਾ ਵੀ ਗਿਆ, ਸਾਡੇ ਬੱਚੇ ਨੂੰ ਛੇਤੀ ਤੋਂ ਛੇਤੀ ਲੱਭਿਆ ਜਾਵੇ। 40 ਦਿਨ ਘਰ ਰਹੀ ਆ, ਉਹ ਮਿੱਠੀ ਬਣ ਕੇ ਰਹੀ ਆ ਅਤੇ ਉਦੋਂ ਬਾਅਦ ਉਹਨਾਂ ਨੇ ਸਾਨੂੰ ਤਸੱਲੀ ਵਾਲਾ ਜਵਾਬ ਨਹੀਂ ਦਿੱਤਾ। ਬੱਚਾ ਕਿਉਂ ਘਰੋਂ ਗਿਆ? ਬੱਚੇ ਨੂੰ ਕੁਛ ਲੋਕ ਉਹਨਾਂ ਦੇ ਰਿਸ਼ਤੇਦਾਰ ਧਮਕੀਆਂ ਦਿੰਦੇ ਸੀ। ਉਹਨਾਂ ਨੇ ਸਾਡੇ ਬੱਚੇ ਨੂੰ ਇੰਨਾ ਟੋਰਚਰ ਕੀਤਾ, ਰੋਜ਼ ਸਾਡੇ ਬੱਚੇ ਨੂੰ ਇੰਨੇ ਡਰਾਬੇ ਦਿੰਦੇ ਸੀ, ਜਿਸ ਕਰਕੇ ਬੱਚਾ ਇੰਨਾ ਟੈਂਸ਼ਨ ਵਿੱਚ ਆ ਗਿਆ ਕਿ ਉਹ ਕੁਝ ਬਿਨਾਂ ਕਰੇ ਦੱਸੇ ਘਰੋਂ ਭੱਜ ਗਿਆ ਅਤੇ ਆਪਣੇ ਮੋਬਾਈਲ 'ਤੇ ਮੈਸੇਜ ਪਾ ਗਿਆ ਕਿ ਮੈਨੂੰ ਮਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ, ਉਹ ਮੈਨੂੰ ਇੰਨਾ ਟੋਰਚਰ ਕਰ ਰਹੇ ਨੇ ਜਿਸ ਕਰਕੇ ਮੈਂ ਮਰਨ ਲਈ ਮਜਬੂਰ ਹਾਂ। ਟੋਰਚਰ ਉਹਨਾਂ ਦੇ ਕੁੜੀ ਦੇ ਘਰ ਦੇ ਕਰ ਰਹੇ ਸੀ। ਮਾਮਲੇ 'ਚ ਜਾਂਚ ਕਰ ਰਹੇ ਅਧਿਕਾਰੀਆਂ ਮੁਤਾਬਕ ਪਰਿਵਾਰ ਨਾਲ ਵੱਡਾ ਧੋਖਾ ਹੋਇਆ ਹੈ ਅਤੇ ਜਿਸ ਤੋਂ ਬਾਅਦ ਮਾਮਲੇ 'ਚ ਬਣਦੀ ਕਾਰਵਾਈ ਨੂੰ ਅਮਲ 'ਚ ਲਿਆਂਦਾ ਗਿਆ ਹੈ। ਉਹਦੇ ਵਿੱਚ ਇਹਨਾਂ ਨੇ ਕਿਹਾ ਸੀ ਵੀ ਕੁੜੀ ਬਾਹਰ ਜਾਊਗੀ ਜੀ, ਆਸਟ੍ਰੇਲੀਆ ਜਾਣਾ, ਉਹਨੇ ਖਰਚਾ ਇਹ ਦੇਣਗੇ। ਇਹਨਾਂ ਨੇ ਕਰੀਬ 15 ਲੱਖ ਰੁਪਇਆ ਕੁਛ ਗਹਿਣੇ ਇਹਨਾਂ ਦਾ ਸੈਟਲਮੈਂਟ ਹੋ ਗਈ, ਉਸ ਤੋਂ ਬਾਅਦ ਉਹਨਾਂ ਨੇ ਪੈਸੇ ਐਡਵਾਂਸ 'ਚ ਲੈ ਲਏ। ਉਸ ਤੋਂ ਬਾਅਦ ਮੈਰਿਜ ਹੋ ਗਈ, ਮੈਰਿਜ ਹੋਣ ਤੋਂ ਬਾਅਦ ਕੁੜੀ ਇੱਥੇ 47 ਦਿਨ ਰਹੇ, 40 ਕੁ ਦਿਨ ਰਹੀ, 40 ਦਿਨਾਂ ਬਾਅਦ ਕੁੜੀ ਉਹ ਵਿਦੇਸ਼ ਚਲੀ ਗਈ। ਯਸ਼ਿਕਾ ਵਿਦੇਸ਼ ਜਾ ਕੇ ਉਹਨੇ ਮੁੰਡੇ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰਤਾ, ਮੇਰੇ ਕੋਈ ਰਿਲੇਸ਼ਨ ਨਹੀਂ, ਕੋਈ ਕਿਸੇ ਤਰ੍ਹਾਂ ਦਾ ਉਹ ਨਹੀਂ ਹੈਗਾ ਵੀ ਮੈਂ ਕੋਈ ਆਪਣੀ ਸ਼ਾਦੀ ਨਹੀਂ ਹੋਈ। ਮੁੰਡਾ ਉਸ ਤਰ੍ਹਾਂ ਉਹ ਅਨਮੋਲ ਡਿਪਰੈਸ਼ਨ 'ਚ ਚਲਾ ਗਿਆ। ਡਿਪਰੈਸ਼ਨ ਤੋਂ ਬਾਅਦ ਉਹ 16 ਤਰੀਕ ਨੂੰ ਘਰੋਂ ਚਲਾ ਗਿਆ, ਇਸ ਗੱਲ ਕਰਕੇ ਵੀ ਮੇਰੇ ਨਾਲ ਠੱਗੀ ਹੋ ਗਈ। ਉਹ ਅਸੀਂ ਨੇ 420-120 ਦਾ ਪਰਚਾ ਦਰਜ ਕਰਕੇ ਜਿਹੜਾ ਸੁਨੀਲ ਕੁਮਾਰ ਅਤੇ ਉਹਦੀ ਵਾਈਫ ਸੀ ਉਹਨਾਂ ਨੂੰ ਅਸੀਂ ਨੇ ਜੇਲ੍ਹ ਭੇਜਤਾ ਅਤੇ ਬਾਕੀ ਬੰਦਿਆਂ ਨੂੰ ਜਿਹੜੇ 5 ਜਣਿਆਂ ਦੇ ਉੱਤੇ ਪਰਚਾ ਦਰਜ ਹੈ ਉਹਨਾਂ ਨੂੰ ਅਸੀਂ ਸਾਰੇ ਬਾਕੀਆਂ ਨੂੰ ਅਰੈਸਟ ਕਰ ਰਹੇ ਹਾਂ ਜੀ। ਉੱਥੇ ਵੀ ਉਹਦੇ ਬਾਰੇ ਵੀ ਅਸੀਂ ਲਿਖ ਕੇ ਭੇਜ ਰਹੇ ਹਾਂ, ਜਿਹੜੀ ਆਸਟ੍ਰੇਲੀਆ ਗਈ ਹੋਈ ਹੈ ਕੁੜੀ ਉਹਨੂੰ ਵੀ ਇੱਥੋਂ ਵਾਪਸ ਬੁਲਾਵਾਂਗੇ ਜੀ। ਸੋ ਹੁਣ ਪੁਲਿਸ ਨੂੰ ਚਾਹੀਦਾ ਹੈ ਕਿ ਸਭ ਤੋਂ ਪਹਿਲਾਂ ਤਾਂ ਪਰਿਵਾਰ ਦੇ ਜੀ ਅਨਮੋਲ ਦਾ ਪਤਾ ਲਗਾਵੇ ਅਤੇ ਕੁੜੀ ਨੂੰ ਇੰਡੀਆ ਸੱਦਣ ਦੀ ਪ੍ਰਕਿਰਿਆ ਸ਼ੁਰੂ ਕਰੇ, ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਮਾਮਲੇ 'ਚ ਕਰੇ। ਬਿਊਰੋ ਰਿਪੋਰਟ, ਹਕੀਕਤ ਟੀਵੀ।